ਕਾਂਗਰਸ ਦੇ ਸੀਨੀਅਰ ਲੀਡਰ ਦਿਗ ਵਿਜੇ ਸਿੰਘ ਨੇ ਪੀਐਮ ਮੋਦੀ ਦੇ ਉੱਤੇ ਨਿਸ਼ਾਨਾ ਕੱਸਿਆ ਉਹਨਾਂ ਨੇ ਆਖਿਆ ਕਿ ਜੇਕਰ ਪੀਐਮ ਮੋਦੀ ਆਪਣੇ ਮਾਤਾ ਪਿਤਾ ਦੇ ਸਰਟੀਫਿਕੇਟ ਦਿਖਾ ਦਿੰਦੇ ਨੇ ਤਾਂ ਉਹ ਵੀ ਦੇ ਪਾਕੀ ਸਾਰੇ ਹੀ ਜਿੰਨੇ ਵੀ ਉਹਨੇ ਪਾਰਟੀਆਂ ਸੰਬੰਧ ਦੇ ਲੋਕ ਨੇ ਜਾਂ ਪੂਰੇ ਦੇਸ਼ ਵਾਸੀ ਨੇ ਸਾਰੇ ਆਪ ਉਹ ਆਪਣੇ ਸਰਟੀਫਿਕੇਟ ਜਿਹੜੇ ਉਹ ਦਾਖਲ ਕਰਵਾ ਦੇਣਗੇ ਤੇ ਇਸ ਕਾਨੂੰਨ ਨੂੰ ਮੰਨ ਲੈਣਗੇ ਅਕੜ ਸਾਹਿਬ ਇੱਕ ਵੱਡਾ ਇਹ ਸਵਾਲ ਖੜਾ ਕਰ ਦਿੱਤਾ ਹੈ ਮੋਦੀ ਉਤੇ ਕਿ ਉਹ ਜੇ ਆਪਣੇ ਮਾ ਦਾ ਪਿਤਾ ਦੇ ਸਰਟੀਫਿਕੇਟ ਸਾਨੂੰ ਦਿਖਾ ਦੇਣ ਤਾਂ ਅਸੀਂ ਜਿਹੜਾ ਹੁਣ ਆਪਣੇ ਵੱਲੋਂ ਸਾਰੇ ਸਰਟੀਫਿਕੇਟ ਆਪਣੇ ਦਾਖਲ ਕਰ ਦਾਂਗੇ ਤੇ ਇਸ ਕਾਨੂੰਨ ਦੀ ਵਿਰੋਧਤਾ ਨਹੀਂ ਕਰਾਂਗੇ ਦੇਖੋ ਜੀ ਦਿਗ ਬੀਜੇ ਸਿੰਘ ਜੀ ਕਾਂਗਰਸ ਪਾਰਟੀ ਦੇ ਬڑے ਸੀਨੀਅਰ ਨੇਤਾ ਹੈ ਵੱਡਾ ਵੱਡਾ ਤਜਰਬਾ ਰਾਜਨੀਤੀ ਜੋ ਉਹਨਾਂ ਦਾ ਉਹਨਾਂ ਨੇ ਜਿਹੜਾ ਇਹ ਤੀਰ ਛੱਡਿਆ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਉਹ ਆਪਣੇ ਪਿਤਾ ਦਮੋਦਰ ਮੋਲਚੰਦ ਮੋਦੀ ਦੀ ਤੇ ਉਹਨਾਂ ਦੀ ਮਾਤਾ ਜਿਹੜੀ ਹੀਰਾਬੇਨ 베ਦੀ ਹੈ ਜੀ ਉਹ ਉਹਦੇ ਜਿਹੜੇ ਜਨਮ ਸਰਟੀਫਿਕੇਟ ਹੈ ਉਹ ਸ਼ੋਅ ਕਰਨ ਅਸੀਂ ਇਹਨੂੰ ਮੰਨ ਲਾਂਗੇ ਕਿਉਂਕਿ ਜਸਪ੍ਰੀ ਦੇ ਤਾਂ ਗੱਲ 100 ਸਾਲ ਪਹਿਲਾਂ ਦੀ ਗੱਲ ਹੈ ਜੇ ਕਰੀਏ ਕੌਣ ਰਜਿਸਟਰਾਂ ਵਿੱਚ ਦਰਜ ਕਰਾਉਂਦਾ ਸੀ 100 ਸਾਲ ਤਾਂ ਮੈਨੂੰ ਲੱਗਦਾ ਤੁਸੀਂ ਜ਼ਿਆਦਾ ਕਹਦੇ ਮੈਨੂੰ 50 ਸਾਲ ਦੀ ਵੀ ਗੱਲ ਕਰੀ ਤਾਂ ਵੀ ਕੋਈ ਚਲੋ ਕੌਣ ਕਰਾਉਂਦਾ ਸੀ ਰਜਿਸਟਰ ਕਿੱਥੇ ਐਂਟਰੀ ਹੁੰਦੀ ਸੀ ਜਦੋਂ ਸਾਡੇ ਸੰਵਿਧਾਨ ਮੁਤਾਬਕ 1979 ਤੋਂ ਪਹਿਲਾਂ ਦਾ ਕੋਈ ਅੰਕੜੇ ਨਹੀਂ ਮੰਨ ਰਹੇ ਸੀ ਤੇ ਉਸ ਤੋਂ ਬਾਅਦ ਦੇ ਅੰਕੜਿਆਂ ਨੂੰ ਅਸੀਂ ਲਾਗੂ ਕੀਤਾ ਤੇ ਇਹ ਸਰਟੀਫਿਕੇਟ ਬਣਨਗੇ ਕਿੱਥੋਂ ਪ੍ਰਧਾਨ ਮੰਤਰੀ ਦੇਖਦੇ ਹੈਗੇ ਆ ਬਣਵਾ ਸਕਦੇ ਆ ਪਰ ਕਾਨੂੰ ਚੈਲੰਜ ਕਰਨਗੇ ਇਹ ਕਾਗਜ਼ ਰਜਿਸਟਰ ਕਿੱਥੋਂ ਹੋਣਗੇ ਦਰਜ ਐਂਟਰੀਆਂ ਕਿੱਥੋਂ ਹੋਣਗੀਆਂ ਨੰਬਰ ਕਿੱਥੋਂ ਲੱਗੂਗਾ ਗੱਲ ਤਾਂ ਵੱਡੀ ਕੀਤੀ ਹੈ ਦਿਗਵਜੈ ਸਿੰਘ ਨੇ ਬਟ ਕਿਉਂਕਿ ਮੈਂ ਇੱਕ ਗੱਲ ਦੇ ਹੱਕ 'ਚ ਐ ਜਿਹੜਾ ਕਾਨੂੰਨ ਕੋਈ ਦੇਸ਼ ਵਿਕਸਿਤ ਕਰਦਾ ਉਹ ਸਮੁੱਚੇ ਭਾਈਚਾਰੇ ਸਮੁੱਚੇ ਲੋਕਾਂ ਲਈ ਹੋਵੇ ਲਾਹੇਵੰਦ ਹੁੰਦਾ ਹੈ ਦੇਸ਼ ਦੇ ਹਿੱਤ 'ਚ ਵੀ ਹੁੰਦਾ ਹੈ ਪਰ ਕਿਉਂਕਿ ਇਹਦੇ 'ਚ ਦਾ ਬਹੁਤ ਵੱਡੇ ਕੁਐਸਚਨ ਮਾਰਕ ਲੱਗੇ ਕਿਉਂਕਿ ਇਹ ਜਿਹੜਾ CAA ਦਾ ਮਾਮਲਾ ਕਿਉਂਕਿ ਇਹ NRC ਦੇ ਉੱਤੇ ਗੱਲ ਕੀਤੀ ਉਹਨਾਂ ਨੇ ਨਾ ਕਿ CAA ਦੇ ਇੱਥੇ ਵੀ ਡਬਲਿੰਗ ਗੇਮ ਹੈ ਉਹਨਾਂ ਦੀ ਕਾਂਗਰਸ ਪਾਰਟੀ ਦੇ ਜਾਂ ਤਾਂ ਸੀਏ ਨੂੰ ਵੀ ਡਿਫੈਂਡ ਕਰਨ ਜਿਵੇਂ ਪਹਿਲਾਂ ਕਹਿੰਦੇ ਰਹੇ ਪਰ ਹੁਣ ਉਹਨਾਂ ਨੇ ਆ ਕੇ ਐਨਆਰਸੀ ਤੇ ਹੀ ਫੋਕਸ ਕਰ ਲਿਆ ਕਿਉਂਕਿ ਉਹ ਤਾਂ ਕਾਨੂੰਨ ਬਣ ਕੇ ਲਾਗੂ ਹੋ ਗਿਆ ਹੁਣ ਇੱਥੇ ਵੀ ਰਾਜਨੀਤੀ ਦਿਖ ਰਹੀ ਹੈ ਦਿਗਬੀਸੇ ਸਿੰਘ ਦੀ ਜਾਂ ਕਾਂਗਰਸ ਪਾਰਟੀ ਦੇ ਪਰ ਅਕੀਰ ਜੀ ਰਾਜਨੀਤੀ ਜ਼ਰੂਰ ਦਿਖ ਰਹੀ ਹੈ ਜਿਵੇਂ ਤੁਸੀਂ ਕਹਿ ਰਹੇ ਹੋ ਰਾਜਨੀਤੀ ਦਿਖ ਰਹੀ ਹੈ ਪਰ ਇੱਕ ਵੱਡਾ ਸਵਾਲ ਜਿਹੜਾ ਖੜਾ ਜ਼ਰੂਰ ਕਰ ਦਿੰਦਾ ਹੈ ਮੈਨੂੰ ਲੱਗਦਾ ਇਹ ਹੁਣ ਔਖਾ ਹੋਵੇਗਾ ਨੋ ਡਾਊਟ ਸਵਾਲ ਵੱਡਾ ਹੈ ਪਰ ਪਿਛਲੇ ਦਿਨੀ ਜਦੋਂ ਸੋਨੀਆ ਗਾਂਧੀ ਨੇ ਸਰਬਦਲੀ ਮੀਟਿੰਗ ਜਿਹੜੇ ਇਹਨਾਂ ਦੇ ਅਲਾਈਅንስ ਪਾਰਟੀ ਵਾਲੇ ਸੀ ਮੀਟਿੰਗ ਸਰਦੀ ਸੀ ਉਹ ਚ ਕਿੰਨੇ ਜਿਹੜੇ ਆਗੂ ਸੀ ਨਹੀਂ ਸੀ ਪਹੁੰਚੇ ਇਹਨਾਂ ਦੇ ਕਿਉਂਕਿ ਕਿਤੇ ਨਾ ਕਿਤੇ ਇਹਨਾਂ ਚ ਵੀ ਖਟਾਸ ਆ ਗਈ ਜੈ ਕਰਕੇ ਮੋਦੀ ਦੀ ਜਿਹੜੀ ਨੀਤੀ ਤੇ ਸਰਕਾਰ ਦੀ ਦੂਜੀ ਵਿਰੋਧੀ ਪਾਰਟੀਆਂ ਪ੍ਰਤੀ ਨਜ਼ਰੀਆ ਉਹਦਾ ਅਸਰ ਕਰ ਗਈ ਗੱਲ ਜਾਦਾ ਡਰਾ ਲੇ ਜਾਂ ਫਿਰ ਉਹ ਪਿੱਛੇ हट ਗਏ ਜਾਂ ਇਹ ਕਾਂਗਰਸ ਤੋਂ ਸਮਝ ਕੇ ਕਾਂਗਰਸ ਨੂੰ ਵਰਤ ਰਹੀ ਹੈ ਕਿਤੇ ਨਾ ਕਿਤੇ ਰਾਜਨੀਤੀ ਚੱਲੀ ਜਾਂਦੀ ਹੈ ਚੰਗੀ ਗੱਲ ਹੈ ਸਾਰੇ ਦੇਸ਼ ਨੂੰ ਸਾਰੇ ਮੁਲਕ ਨੂੰ ਜੇ ਕੋਈ ਦੇਸ਼ ਦੇ ਵਿੱਚ ਕੋਈ ਕਾਨੂੰਨ ਆਜ਼ਾਦ ਹੁੰਦਾ ਜੇ ਉਹ ਸਾਰੇ ਲੋਕਾਂ ਦੇ ਹੱਕਾਂ ਦੀ ਹੱਕ ਰਸਤੀ ਕਰਦਾ ਹੁਣ ਜੇ ਦੇਖਿਆ ਜਾਏ ਸੀਏ ਤੇ ਬਹੁਤ ਬਵੇਲੇ ਆਪਾਂ ਵੀ ਬੜੀਆਂ ਚਰਚਾਵਾਂ ਕੀਤੀਆਂ ਬਟ ਇਹਦੇ ਵਿੱਚ ਵੱਡੀ ਗੱਲ ਇਹ ਹੈ ਕਿ ਜਿਹੜੇ ਤਿੰਨ ਮੁਲਕਾਂ ਦੀ ਗੱਲ ਕਰਦੇ ਆਂ ਅਫਗਾਨਿਸਤਾਨ ਬੰਗਲਾਦੇਸ਼ ਤੇ ਪਾਕਿਸਤਾਨ ਜਿਹੜੇ ਲੋਕ ਉਥੋਂ ਸ਼ਰਨਾਰਥੀ ਬਣ ਕੇ ਆਏ ਸ਼ਰਨਾਰਥੀ ਕੌਣ ਹੈ ਜਿਹੜੇ ਉਹਨਾਂ ਮੁਲਕਾਂ 'ਚ ਰਹਿਣ ਵਾਲੀ ਪਾਪੂਲੇਸ਼ਨ ਦੇ ਮਿਨੋਰਟੀ ਵਾਲੇ ਆ ਸਿੱਖ ਹੋਣਗੇ Hindu ਹੋਣਗੇ ਬੋਧੀ ਹੋਣਗੇ ਜੈਨੀ ਹੋਣਗੇ ਇਸਾਈ ਹੋਣਗੇ ਤੇ ਉਹ ਲੋਕ ਆਏ ਆ ਉਹਨਾਂ ਨੂੰ ਨਾਗਰਿਕਤਾ ਦੇਣ ਦੀ ਗੱਲ ਕਰ ਰਿਹਾ ਇਹ ਜਿਹੜੇ ਲੋਕ 1947 ਦੇ ਇੱਥੇ ਰਹਿ ਰਹੇ ਆ ਉਹਨਾਂ ਨੂੰ ਤਾਂ ਅਜੇ ਦਾ ਕੀਤਾ ਨਹੀਂ ਪਹਿਲਾਂ ਵੀ ਤਾਂ ਮੁਲਕ ਇੱਥੇ ਸੀ ਤਾਂ ਹੋ ਸਕਦਾ ਕਿਸੇ ਨਾ ਕਿਸੇ ਰੂਪ 'ਚ ਇਹ ਪਗੋਮਾ ਕਰਨ ਦੇ ਪਾਸੇ ਹੋਵੇ ਪਰ ਕਾਨੂੰਨ ਚੰਗਾ ਜੇ ਲੋਕਾਂ ਨੂੰ ਨਾਗਰਿਕਤਾ ਨਹੀਂ ਹਾਲ ਤੱਕ ਮਿਲੀ ਉਹਨਾਂ ਨੂੰ ਘਟੋ ਘਾਟ ਇਸ ਕਾਨੂੰਨ ਨਾਲ ਮਿਲਦਾ ਜਾਊਗਾ ਪਹਿਲਾਂ ਪਹਿਲਾਂ ਗੱਲ ਸੀ ਵੀ ਆਪਣੇ ਦੇਸ਼ ਦੇ ਜਿਹੜੇ ਲੋਕ ਵਸਿੰਦੇ ਉਹਨਾਂ ਨੂੰ ਨਾਗਰਿਕਤਾ ਦਿੱਤੀ ਜਾਵੇ ਫਿਰ ਗੱਲ ਕੀਤੀ ਜਾਵੇ ਬਾਹਰੋਂ ਆਏ ਹਿੰਦੂ ਸਿੱਖ ਜਾਂ ਮੁਸਲਮਾਨਾਂ ਦੀ ਪਰ ਆਪਣੀ ਅਜੇ ਵਿਰੋਧ ਚਰੇ ਤੇ ਦੂਜਿਆਂ ਨੂੰ ਤੁਸੀਂ ਕੀ ਨਾਗਰਿਕਤਾ ਪਰ ਮੋਲ ਚੰਦ ਤੇ ਜਿਹੜੀ ਆ ਆਪਣੇ ਇਹਦੇ ਮਾਤਾ ਹੀਰਾ ਬੇਨ ਮੋਦੀ ਜੇ ਇਹਨਾਂ ਦੇ ਨਾਂ ਸਰਟੀਫਿਕੇਟ ਮਿਲੇ ਜਸਪ੍ਰੀ ਜੀ ਬਣੂਗਾ ਕੀ